अज तुहाडा वीर तकरीबन 10-12 दिन बाद कैमरे के सामने आया वा, क्योंकि वीर जी अपनियां सारे पाकिस्तान तकरीबन बाजियां वा, अपने चढ़दे पंजाब विच अपने शगिरदां दियां, अपने चेलां दियां, अपने बाईयां दियां। आपां अपने चेलां नूं शगिरद नहीं समझदे, आपां बाई समझने आं। उन्हां दियां वी बाजियां स्टार्ट आ ते अपने लहिंदे पंजाब विच वी अपने दोस्तां मित्रां दियां बाजियां स्टार्ट आ। इस करके थोड़ा जिहा बिजी सीगे, अज वी बाजी सीगी जिहड़ी दूसर पै गई है, ते फिर भी असीं वीडियो नूं टाइम दिंदे पए आ अपने सबसक्राइबर नूं, अपने भरावां नूं, सबसक्राइबर नहीं अपने वीरां नूं टाइम दिंदे पए आ, क्योंकि तुहानूं टाइम देना ते वीर जी साडा फर्ज़ है, क्योंकि तुसीं साडे नाल इतनी मुहब्बत करदे हो। ते अज दो टॉपिक ते गल्लां करांगे वीर जी, ते बहुत ही ज़्यादा अहम टॉपिक आ। एक वीर जी, कुछ वीर कबूतर कढ़ी जांदे आ ते कबूतर हब्बे होई जांदे आ, लहिंदे पंजाब विच हब्बा कहिंदे आ, चढ़दे पंजाब वाले साडा वीर पता नहीं की कहिंदे आ, तुहानूं पंजाबी समझाने आ। जदों आपां कच्चा कबूतर पहले दिन कढ़दे आ ते इक पल्ला रुक जांदा है, एक पल्ला रुक जांदा है, एक पल्ला कबूतर मारदा है तो कित्थे वी डिग जांदा है, इहनूं असीं हब्बा कहिंदे आ। ते दूसरी इस टॉपिक ते गल करांगे, दूसरा टॉपिक तो बहुत ज़्यादा अहम आ वीर जी। अज दी वीडियो जिहड़ा बंदे ने साडी शुरू तो लै के एंड तक नहीं वेखा उहने कुछ भी नहीं वेख्या, क्योंकि अज असीं उह राज दसण लगे आ जिहड़ा कि तकरीबन तुसीं कित्थों वी नहीं सुणिया होणा वा। ते अज असीं दूसरा टॉपिक इह असीं दसण लगे आ कि तुहाडा कबूतर कमज़ोर है, फुल कमज़ोर है, ਉਹਦਾ ਕੋਈ ਹੱਲ ਨਹੀਂ, ਤੁਸੀਂ ਸਾਰਾ ਕੁਝ ਦੇ ਕੇ ਥੱਕ ਗਏ ਹੋ, ਗਾਲੇ ਦੇ ਕੇ, ਗਰਮ ਕਰਕੇ, ਠੰਡਾ ਕਰਕੇ, ਲੇਕਿਨ ਤੁਹਾਡਾ ਕਬੂਤਰ ਜਿਸਮ ਨਹੀਂ ਬਣਾਉਂਦਾ ਪਿਆ, ਲੇਕਿਨ ਫਿਰ ਵੀ ਬਾਜ਼ੀ ਅਸੀਂ ਤੁਸੀਂ ਉਹੀ ਕਬੂਤਰ ਉਡਾਉਣਾ ਵਾ, ਅਤੇ ਕਿਵੇਂ ਉਡਾ ਸਕਦੇ ਹੋ? ਅੱਜ ਇਸ ਟੌਪਿਕ 'ਤੇ ਗੱਲ ਕਰਾਂਗੇ। ਚਿੜਦੇ ਅਤੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਤੁਹਾਡਾ ਵੀਰ, ਤੁਹਾਡਾ ਬਾਈ ਉਸਤਾਦ ਜ਼ਹੀਰ ਅਬਾਸ ਲਹਿੰਦੇ ਪੰਜਾਬ ਤੋਂ ਅੱਜ ਇੱਕ ਨਵੀਂ ਵੀਡੀਓ, ਨਵੇਂ ਟੌਪਿਕ ਅਤੇ ਨਵੀਆਂ ਗੱਲਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਅਤੇ ਜਿਹੜੇ ਸਾਡੇ ਨਵੇਂ ਵੀਵਰਸ ਆ ਉਹਨਾਂ ਅੱਗੇ ਗੁਜ਼ਾਰਿਸ਼ ਆ, ਰਿਕੁਐਸਟ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਵੀਰ ਜੀ, ਤੁਸੀਂ ਵੀਡੀਓ ਵੇਖਦੇ ਹੋ, ਸਾਰੇ ਵੀਵਰਸ ਵੇਖਦੇ ਆ, ਸਾਨੂੰ ਬੜੀ ਮੁਹੱਬਤ ਮਿਲਦੀ ਪਈ ਆ, ਤੁਸੀਂ ਲਾਈਕ ਕਮੈਂਟ ਜ਼ਰੂਰ ਕੀਤਾ ਕਰੋ ਵੀਰ ਜੀ, ਤੁਹਾਡਾ ਕੁਝ ਵੀ ਨਹੀਂ ਜਾਂਦਾ, ਇਹ ਤੁਹਾਡੇ ਅੱਗੇ ਸਪੈਸ਼ਲੀ ਗੁਜ਼ਾਰਿਸ਼ ਹੈ। ਅਤੇ ਅੱਗੇ ਵੀਰ ਜੀ ਵੀਡੀਓ ਛੋਟੀ ਜਿਹੀ ਬਣਾਉਂਦੇ ਹਾਂ, ਕਿਉਂਕਿ ਟਾਈਮ ਥੋੜ੍ਹਾ ਵਾ। ਅੱਗੇ ਆਪਣੇ ਕਮੈਂਟ ਵੱਲੇ ਆਉਂਦੇ ਹਾਂ, ਬਹੁਤ ਸੇ ਕਮੈਂਟ ਆ ਰਹੇ ਸੀ ਕਿ ਕਬੂਤਰ ਹੱਬੇ ਹੁੰਦੇ ਪਏ ਆ, ਕੀ ਵਜ੍ਹਾ ਵਾ ਉਹਨਾਂ ਦਾ, ਠੀਕ ਕਰਨ ਦਾ ਕੀ ਹੱਲ ਆ, ਕਿਹੜੀ ਵਜ੍ਹਾ ਤੋਂ ਕਬੂਤਰ ਹੱਬੇ ਹੁੰਦੇ ਪਿਆ? ਪਹਿਲੀ ਗੱਲ ਤਾਂ ਵੀਰ ਜੀ ਇਹ ਹੈ ਕਿ ਜਿਹੜਾ ਬੰਦਾ ਕਬੂਤਰਾਂ ਨੂੰ ਧੁੱਪ ਲਵਾਉਣ ਤੋਂ ਇਲਾਵਾ ਛੱਡੇਗਾ, ਵਜ਼ਨੀ ਕਬੂਤਰ ਹੋਏਗਾ, ਉਹ ਕਬੂਤਰ ਪਹਿਲੀ ਜਿਹੜੀ ਸਭ ਤੋਂ ਪਹਿਲੀ ਵਜ੍ਹਾ ਬਣਦੀ ਹੈ, ਇਹੀ ਬਣਦੀ ਹੈ ਕਬੂਤਰ ਨੂੰ ਵਜ਼ਨੀ ਨਾ ਉਡਾਓ, ਅੰਦਰ ਚਰਬੀ ਨਹੀਂ ਹੋਣੀ ਚਾਹੀਦੀ ਕਬੂਤਰ ਦੇ, ਕਬੂਤਰ ਨੂੰ ਹੌਲਾ ਕਰਕੇ ਉਡਾਓ। ਹੌਲਾ ਕਿਵੇਂ ਹੋਏਗਾ? ਕਿਉਂਕਿ ਵੀਰ ਜੀ ਸਾਰਾ 6 ਮਹੀਨੇ ਕਬੂਤਰ ਦਾਣਾ ਖਾਂਦਾ ਹੈ, ਕੁਝ ਵੀਰ ਮਿਕਸ ਦਾਣਾ ਪਾਉਂਦੇ ਆ, ਕੁਝ ਬੋਰੇ ਪਾਉਂਦੇ ਆ, ਕੁਝ ਵੀਰ ਤਾਂ ਬਦਾਮ ਵੀ ਪਾਉਂਦੇ ਆ, ਲੇਕਿਨ ਨਹੀਂ ਪਾਉਣਾ ਚਾਹੀਦਾ ਵੀਰ ਜੀ, ਖੁਸ਼ਕ ਦਾਣਾ ਪਾਈ ਜਾਏ ਕਬੂਤਰ ਨੂੰ, ਕਿਉਂਕਿ ਬੋਰੇ ਪਾਓਗੇ ਫਿਰ ਵੀ ਚਰਬੀ ਪੈਦਾ ਹੋਊਗੀ, ਬਦਾਮ ਪਾਓਗੇ ਫਿਰ ਵੀ ਚਰਬੀ ਪੈਦਾ ਹੋਊਗੀ। ਅਤੇ ਵੀਰ ਜੀ ਜਿਹੜੇ ਕਬੂਤਰ ਅੰਦਰ ਚਰਬੀ ਹੁੰਦੀ ਆ ਉਹ ਜਦੋਂ ਤੱਕ ਕਬੂਤਰ ਖੁਰਦੀ ਨਹੀਂ ਉਦੋਂ ਤੱਕ ਕਬੂਤਰ ਪਰਵਾਜ਼ ਨਹੀਂ ਪੈਂਦਾ। ਅਤੇ ਕੁਝ ਵੀਰ ਤਾਂ ਇਹ ਕਹਿੰਦੇ ਆ ਕਿ ਜਦੋਂ ਚਰਬੀ ਖੁਰਦੀ ਹੈ ਸਾਨੂੰ ਕਿਵੇਂ ਪਤਾ ਚੱਲੂਗਾ? ਵੀਰ ਜੀ ਤੁਸੀਂ ਕਬੂਤਰ ਮੂੰਹ ਨਿਆਰ ਉਡਾਉਣਾ ਹੈ। ਇਸ ਟਾਈਮ ਮੈਂ ਤਕਰੀਬਨ ਸ਼ਾਮ ਦਾ ਟਾਈਮ ਆ ਵੀਡੀਓ ਬਣਾਉਂਦਾ ਪਿਆ ਵਾਂ, ਇਸ ਟਾਈਮ ਥੋੜ੍ਹਾ ਦਾਣਾ ਪਾਉਣਾ ਵਾਂ ਕਿ ਤਕਰੀਬਨ ਰਾਤ ਨੂੰ ਹੀ ਕਬੂਤਰ ਖਾਲੀ ਹੋ ਜਾਵੇ। ਜਦੋਂ ਤੁਸੀਂ ਉਡਾਓਗੇ ਖਾਲੀ ਪੇਟ ਉਡਾਉਣਾ ਵਾਂ, ਜਦੋਂ ਕਬੂਤਰ ਉੱਡ ਕੇ ਆਉਂਦਾ ਤਾਂ ਚਿੱਟੀ ਵੇਠ ਮਾਰਦਾ, ਹੋਰ ਵਿੱਚ ਕੁਝ ਵੀ ਨਹੀਂ ਆਉਂਦਾ।
ਮੈਲੀ ਚਿੱਟੀ ਜੀ ਵਿੱਠ ਮਾਰਦਾ ਵਾ, ਉਹ ਚਰਬੀ ਦੀ ਹੁੰਦੀ ਹੈ। ਕਿਉਂਕਿ ਜਦੋਂ ਤੁਸੀਂ ਭੁੱਖੇ ਪੇਟ ਉਡਾਓਗੇ ਕਬੂਤਰ, ਚਰਬੀ ਖੋਰ ਕੇ ਆਏਗਾ। ਅਤੇ ਅੱਗੇ ਆਉਂਦੇ ਹਾਂ ਹੱਬੇ ਕਬੂਤਰ ਵੱਲੇ। ਜਿਹੜੇ ਵੀ ਵੀਰ ਨਵੇਂ ਕਬੂਤਰ ਕੱਢਦੇ ਪਏ ਆ, ਕਮ ਅਜ਼ ਕਮ ਥੋੜ੍ਹੇ ਤੋਂ ਥੋੜ੍ਹੇ ਤਾਂ ਵੀਰ ਜੀ 5 ਦਿਨ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਪੇਟ ਤੁਸੀਂ ਕਬੂਤਰਾਂ ਨੂੰ ਦੁੱਪ ਲਵਾਓ। 1, 2, 3, 4, 5 ਦਿਨ ਤੁਸੀਂ ਦੁੱਪ ਲਵਾਓਗੇ, ਤਕਰੀਬਨ ਕਬੂਤਰ ਹੌਲਾ ਵੀ ਹੋ ਜਾਏਗਾ ਅਤੇ ਅੱਧੀ ਚਰਬੀ ਕਬੂਤਰ ਵਿੱਠਾਂ ਦੇ ਜ਼ਰੀਏ ਤੁਹਾਨੂੰ ਥੱਲੇ ਨਜ਼ਰ ਆਏਗੀ। ਜਿੱਥੇ ਤੁਸੀਂ ਬੰਨੋਗੇ ਜਾਂ ਬਿਠਾਓਗੇ ਜਾਲ ਵਿੱਚ, ਤੁਹਾਨੂੰ ਨਜ਼ਰ ਆਏਗੀ ਕਿ ਕਬੂਤਰ ਸਾਡਾ ਚਰਬੀ ਮਾਰੀ ਜਾਂਦਾ ਹੈ। ਅੱਛੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਕਮ ਅਜ਼ ਕਮ 10 ਦਿਨ ਕਬੂਤਰ ਨੂੰ ਦੁੱਪ ਲਵਾਉਣੀ ਚਾਹੀਦੀ ਹੈ। ਦੁੱਪ ਲਵਾਉਣ ਤੋਂ ਬਾਅਦ ਵੀਰ ਜੀ ਕਬੂਤਰ ਹੌਲਾ ਹੋ ਜਾਏਗਾ। ਅਗਰ ਤੁਹਾਡਾ ਕਬੂਤਰ ਵਿਟਾਮਿਨ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਤੋਂ, ਕੁਝ ਕਬੂਤਰ ਹੱਬੇ ਹੋ ਜਾਂਦੇ ਆ, ਤੁਹਾਡਾ ਕਬੂਤਰ ਹੱਬਾ ਹੋ ਜਾਂਦਾ ਹੈ, ਉਹਦਾ ਕੀ ਇਲਾਜ ਆ ਵੀਰ ਜੀ? ਤੁਸੀਂ ਲੈਣਾ ਵਾ ਵੀਰ ਜੀ ਮੁਨੱਕਾ, 2-1 ਚੁਟਕੀ ਲੈਣੀ ਹੈ ਜ਼ਾਫਰਾਨ ਦੀ, ਬਿਲਕੁਲ ਕਾਲੀ ਮਿਰਚ ਬਰਾਬਰ ਜ਼ਾਫਰਾਨ, ਮੁਨੱਕਾ, 4 ਬੂੰਦਾਂ ਸ਼ਹਿਦ ਦੀਆਂ ਛੋਟੇ ਦੀਆਂ, 1 ਮਗਾ, 4 ਦਾਣੇ ਸੌਂਫ ਦੇ। ਇਸ ਚੀਜ਼ ਨੂੰ ਵੀਰ ਜੀ ਤੁਸੀਂ 40 ml ਪਾਣੀ ਵਿੱਚ ਪਾ ਕੇ ਜਦੋਂ 15 ml ਰਹਿ ਜਾਵੇ ਇਹਨੂੰ ਪੁਣ ਲੈਣਾ ਵਾ। ਜਦੋਂ ਤੁਹਾਡਾ ਕਬੂਤਰ ਉੜ ਕੇ ਹੱਬਾ ਹੋ ਕੇ ਆਉਂਦਾ ਵਾ, ਉਹਨੂੰ ਤੁਸੀਂ ਸ਼ਾਮ ਨੂੰ ਇਹ 15 ml ਦੇ ਕੇ ਤਾਂ ਉੱਤੋਂ ਤੁਸੀਂ ਬਾਪ ਜ਼ਰੂਰ ਦੇਣੀ ਹੈ। ਬਾਪ ਕਿਹਨੂੰ ਕਹਿੰਦੇ ਆ ਉਹ ਵੀ ਤੁਹਾਨੂੰ ਅਸੀਂ ਤਰੀਕੇ ਨਾਲ ਸਮਝਾਉਂਦੇ ਹਾਂ। ਕਣਕ ਹੁੰਦੀ ਹੈ ਕਣਕ, ਇਹਨੂੰ ਅਸੀਂ ਦਲੀਆ ਕਹਿੰਦੇ ਹਾਂ। ਜਦੋਂ ਇਹ ਟੁਕੜੇ ਹੋਏ ਹੁੰਦੀ ਨਾ, ਛੋਟੇ ਛੋਟੇ ਟੁਕੜੇ, ਕਿੱਧਰੋਂ ਵੀ ਮਿਲ ਜਾਂਦੀ ਹੈ ਦਲੀਆ, ਦਾਲ ਦਾ ਆਪਣਾ ਕਣਕ ਦਾ ਦਲੀਆ, ਤੁਸੀਂ 1 ਮੁੱਠ ਹੋ ਲੈਣੀ ਹੈ, ਤਕਰੀਬਨ 1 ਮੁੱਠ। ਦੇਸੀ ਜਵੈਣ ਲੈਣੀ ਹੈ ਅੰਡੇ ਬਰਾਬਰ, ਮੁਰਗੀ ਦੇ ਅੰਡੇ ਬਰਾਬਰ, ਇਹਨੂੰ 1 ਲੀਟਰ ਪਾਣੀ ਵਿੱਚ ਪਾ ਕੇ ਤੁਸੀਂ ਅੱਗ 'ਤੇ ਰੱਖ ਲੈਣਾ ਵਾ। ਇਹਦੇ ਉੱਤੇ ਮਲ ਮਲ ਦਾ ਦੇਗਚੀ ਦੇ ਉੱਤੇ ਮਲ ਮਲ ਦਾ ਕੱਪੜਾ ਤੁਸੀਂ ਵੀਰ ਜੀ ਬੰਨ ਲੈਣਾ ਵਾ। ਇਹਨੂੰ ਜਦੋਂ ਉਬਾਲਾ ਆਏਗਾ, ਇਹਦੇ ਪੱਲੇ ਸੇਕ ਕੇ, ਦੋਨੇ ਪੱਲੇ ਉਸੇ ਬਾਪ ਨਾਲ ਪੱਲੇ ਸੇਕ ਕੇ, ਉੱਤੋਂ ਉਹੀ ਕਾੜਾ ਜਿਹੜਾ ਤੁਹਾਡਾ ਬਣਿਆ ਪਿਆ ਵਾ ਉਹਨੂੰ ਦੇ ਕੇ ਕਬੂਤਰ ਨੂੰ ਜੋੜ 'ਚ ਪਾ ਕੇ, ਅਤੇ ਕਬੂਤਰ ਨੂੰ ਤੁਸੀਂ ਵੀਰ ਜੀ ਦੱਬੂ ਲਾ ਦੇਣਾ ਹੈ। ਦੱਬੂ ਲਾ ਕੇ ਵੀਰ ਜੀ 2 ਗੈਂਡਾ ਦੱਬੂ ਲਾਉਣਾ ਹੈ ਕਿ ਉੱਤੇ ਵੀਰ ਜੀ ਤੁਸੀਂ ਪਾਉਣਾ ਵਾ ਕੋਈ ਐਸੀ ਚੀਜ਼ ਪਾਣੀ ਹੈ ਕਿ ਜਿਹੜੀ ਬਹੁਤ ਗਰਮ ਹੋਵੇ, ਜਿਹਨੂੰ ਆਪਾਂ ਤਕੀਆ ਵੀ ਕਹਿ ਦਿੰਦੇ ਹਾਂ, ਬਿਸਤਰਾ ਵੀ ਕਹਿ ਦਿੰਦੇ ਹਾਂ, ਰਜ਼ਾਈ ਵੀ ਕਹਿ ਦਿੰਦੇ ਹਾਂ, ਕਿੱਧਰੋਂ ਹਵਾ ਨਹੀਂ ਲੱਗਣੀ ਚਾਹੀਦੀ, ਇਹ ਬੰਦ ਹੀਟ ਵਾਲੇ ਕਮਰੇ ਤੁਸੀਂ ਰੱਖਣਾ ਵਾ। ਇਹ ਬਾਪ ਦੇ ਕੇ ਪਹਿਲੇ ਬਾਪ ਦੇ ਦੇਣੀ ਹੈ, ਉਸੇ ਟਾਈਮ ਹੀ ਤਕਰੀਬਨ 8-10 ਸੈਕਿੰਡ ਦੇ ਅੰਦਰ ਤੁਸੀਂ ਪਾਣੀ ਦੇ ਕੇ ਯਕਦਮ ਤੁਸੀਂ ਪਿੰਜਰੇ 'ਚ ਪਾ ਕੇ ਉੱਤੋਂ ਦੱਬੂ ਲਾ ਦੇਣਾ ਕਬੂਤਰ ਨੂੰ। 2 ਘੰਟੇ ਬਾਅਦ ਕੱਢ ਕੇ ਉਹਨੂੰ ਤੁਸੀਂ ਫਰੈਸ਼ ਕਮਰੇ 'ਚ ਰੱਖਣਾ, ਅਗਲੇ ਦਿਨ ਉਡਾਉਣਾ ਨਹੀਂ, ਉਹਨੂੰ ਦੁੱਪ ਲਵਾਉਣੀ ਹੈ 9 ਵਜੇ ਤੋਂ ਲੈ ਕੇ ਤਕਰੀਬਨ ਸ਼ਾਮ ਦੇ 5 ਵਜੇ ਤੱਕ ਦੁੱਪ ਲਵਾਉਣੀ ਹੈ। ਉਹਨੂੰ ਲਾ ਕੇ ਫਿਰ ਜੀ ਦੂਸਰੇ ਦਿਨ ਵੀ ਇਹੀ ਪ੍ਰੋਸੀਜਰ ਕਰਨਾ ਵਾ, ਗਰਮ ਕਰਨਾ ਵਾ, 2 ਦਿਨ ਕਰਕੇ ਉਹਨੂੰ ਫਿਰ ਅਗਲੇ 3 ਦਿਨ ਕੁਝ ਵੀ ਨਹੀਂ ਦੇਣਾ, ਸਿਰਫ ਦੁੱਪ ਲਵਾਉਣੀ ਹੈ। ਇਹ ਹੋ ਗਿਆ 5 ਦਿਨ, 2 ਦਿਨ ਤੁਸੀਂ ਦੁੱਪ ਲਵਾ ਕੇ ਗਾਇਕ ਕਬੂਤਰ ਨੂੰ ਗਰਮ ਕਰਨਾ, ਫਿਰ ਅਗਲੇ 3 ਦਿਨ ਸਿਰਫ ਤੁਸੀਂ ਦੁੱਪ ਲਵਾਉਣੀ ਹੈ। ਅਤੇ ਖਾਲੀ ਪੇਟ ਵੀਰ ਜੀ ਜਦੋਂ ਤੁਹਾਡਾ ਤੁਸੀਂ ਕਬੂਤਰ 5 ਵਜੇ ਉਤਾਰਨਾ ਹੈ ਛੱਤਰੀ ਤੋਂ ਉਤਾਰਨਾ ਹੈ, ਉਦੋਂ ਤੁਸੀਂ ਕਣਕ ਭਿਗੋਈ ਹੋਈ ਦੇਣੀ, ਬਸ ਕਬੂਤਰ ਆਪੇ ਖਾ ਲਵੇ ਤਾਂ ਠੀਕ ਹੈ, ਨਾ ਖਾਵੇ ਤਾਂ ਥੋੜ੍ਹੇ ਜਿਹੇ ਦੇ ਕੇ ਤੁਸੀਂ ਉੱਤੋਂ ਗਰਮ ਕਰਨਾ ਹੈ। ਕਣਕ ਤੋਂ ਇਲਾਵਾ ਕੁਝ ਨਹੀਂ ਦੇਣਾ, ਬਦਾਮ ਸ਼ਦਾਮ ਕੁਝ ਵੀ ਨਹੀਂ ਦੇਣਾ। ਤੁਸੀਂ 6ਵੇਂ ਦਿਨ 7 ਵਜੇ ਛੱਤਰੀ 'ਤੇ ਬੰਨ ਕੇ 10 ਵਜੇ ਤੋਂ ਤੱਕ 8, 9, 10 3 ਘੰਟੇ ਤੁਸੀਂ ਜਿਹੜੇ ਦਿਨ ਉਡਾਉਣਾ ਹੈ 6ਵੇਂ ਦਿਨ 10 ਵਜੇ ਤੁਸੀਂ ਵੀਰ ਜੀ ਛੱਤਰੀ ਨੂੰ ਬੜਕਾਉਣਾ ਹੈ। ਇਨਸ਼ਾਅੱਲਾ ਅਗਰ ਮੇਰੇ ਮਾਲਿਕ ਨੇ ਚਾਹਾ ਤਾਂ ਤੁਹਾਡਾ ਕਬੂਤਰ 100% ਫਿੱਟ ਬੈਠੇਗਾ, ਹੱਬਾ ਨਹੀਂ ਹੋਏਗਾ।
ਤੇ ਵੀਰ ਜੀ ਅਗਲੇ ਟੌਪਿਕ ਤੇ ਆਨੇ ਆ ਕਿ ਤੁਹਾਡਾ ਕਬੂਤਰ ਕਮਜ਼ੋਰ ਹੈ, ਤੁਹਾਨੂੰ ਆਪਣੇ ਉਸਤਾਦਾਂ ਤੋਂ ਪੁੱਛ ਥੱਕ ਗਏ ਹੋ, ਉਸਤਾਦ ਥੱਕ ਗਏ ਨੇ, ਉਹਦਾ ਕੋਈ ਹੱਲ ਨਹੀਂ ਨਿਕਲਦਾ ਪਿਆ ਵਾ। ਤੇ ਅੱਜ ਮੈਂ ਬਹੁਤ ਹੀ ਅਹਿਮ ਰਾਜ਼ ਇੱਕ ਤੁਹਾਨੂੰ ਦੱਸਣ ਲੱਗਾ ਵਾਂ, ਜਿਹੜਾ ਕਿ ਅੱਜ ਤੱਕ ਮੈਂ ਸ਼ਾਇਦ ਹੀ ਕਿਸੇ ਨੂੰ ਨਹੀਂ ਦੱਸਿਆ। ਅਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀਰ ਜੀ ਕਿ ਕਿਸੇ ਦਾ ਭਲਾ ਹੋ ਜਾਵੇ। ਅਗਰ ਬਹੁਤ ਕਮੈਂਟ ਆਉਂਦੇ ਆ ਵੀਰ ਜੀ ਕਿ ਜਿਹੜੇ ਤੁਹਾਡੇ ਨੁਸਖੇ ਦੱਸੇ ਹੋਏ ਵੀਡੀਓ ਦੇ ਵਿੱਚ ਅਸੀਂ ਅੱਜ ਬਾਜ਼ੀ ਜਿੱਤ ਗਏ ਹਾਂ। ਅੱਜ ਮੈਂ ਇੱਕ ਦੋ ਕਮੈਂਟ ਪੜ੍ਹੇ ਆ ਜਿਹੜੇ ਚੜ੍ਹਦੇ ਪੰਜਾਬ ਵਿੱਚ ਸਾਡੇ ਵੀਰਾਂ ਨੇ ਇਹੀ ਕਿਹਾ ਵਾ ਕਿ ਸਾਜੀ ਤੁਸੀਂ ਜਿਹੜੇ ਵੀ ਦੱਸਿਆ ਸੀ, ਗੋਲੀ ਦੱਸੀ ਸੀ, ਅਸੀਂ ਅੱਜ ਗਰਮ ਕਰਕੇ ਕਬੂਤਰ ਛੱਡਿਆ ਵਾ ਤਾਂ ਸਾਡਾ ਵਿਨ ਹੋਇਆ ਵਾ। ਬੜੀ ਖੁਸ਼ੀ ਹੁੰਦੀ ਵੀਰ ਜੀ ਕਿ ਤੁਹਾਡਾ ਬਲਾ ਹੁੰਦਾ ਪਿਆ ਵਾ, ਤੁਹਾਡਾ ਸ਼ੌਕ ਅੱਗੇ ਵੱਧਦਾ ਪਿਆ ਵਾ। ਅਤੇ ਵੀਰ ਜੀ ਅਸੀਂ ਅੱਜ ਕੱਲ੍ਹ ਇੱਕ ਬਾਜ਼ੀ ਜਿੱਤੇ ਹਾਂ ਆਪਣੇ ਜਸਵਿੰਦਰ ਵੀਰ, ਬਾਰਵੀਂ ਬਾਜ਼ੀ ਅਸੀਂ ਜਿੱਤੇ ਹਾਂ ਵੀਰ ਜੀ। ਅਸੀਂ 14 ਬਾਜ਼ੀਆਂ ਉਡਾ ਚੁੱਕੇ ਹਾਂ ਚੜ੍ਹਦੇ ਪੰਜਾਬ ਵਿੱਚ, ਜਿਹੜੀਆਂ ਕਿ ਅਸੀਂ 2 ਹਾਰੇ ਹਾਂ ਅਤੇ 12 ਬਾਜ਼ੀਆਂ ਅਸੀਂ ਵਿਨ ਕੀਤੀਆਂ ਵਾ। ਜਿਹੜੀਆਂ ਅਸੀਂ ਹਾਰੇ ਹਾਂ ਉਹ ਵੀ ਅਸੀਂ ਜਿੱਤੇ ਹਾਂ। ਕਿਵੇਂ ਜਿੱਤੇ ਹਾਂ ਕਿ ਵੀਰ ਜੀ ਸਾਡਾ ਕਬੂਤਰ 4 ਵਜੇ, ਸਾਡੇ ਕਬੂਤਰ ਗੁਰੀ ਸਾਡੇ ਵੀਰ ਦੇ, ਸਾਡੇ ਸ਼ਗੀਰ ਦੇ ਖਾਸ ਦੇ 2 ਕਬੂਤਰ ਛੱਡੇ ਸੀ, 4 ਵਜੇ ਸਾਡਾ ਟਾਈਮ ਕਟਾ ਕੇ ਉੱਤੇ ਖੜ੍ਹੇ ਸੀਗੇ। 5:15 ਵਜੇ ਹਾਰ ਜਿੱਤ ਹੋ ਗਈ, ਲੇਕਿਨ 6:15 ਵਜੇ ਸਾਡੇ ਕਬੂਤਰ ਉੱਤੋਂ ਟੁੱਟਿਆ ਅਤੇ ਸਾਨੂੰ ਸਾਡੇ ਗੁਰੀ ਵੀਰ ਨੇ ਉਹਨੇ ਅੱਛੇ ਲਫ਼ਜ਼ਾਂ ਨਾਲ ਸਾਨੂੰ ਯਾਦ ਕੀਤਾ ਕਿ ਉਸਤਾਦ ਜੀ ਆਪਾਂ ਹਾਰੇ ਨਹੀਂ, ਆਪਾਂ ਜਿੱਤੇ ਹਾਂ, ਕਿਉਂਕਿ ਸਾਡੇ ਕਬੂਤਰਾਂ ਨੇ ਉੜ ਕੇ ਵਿਖਾਇਆ ਵੀਰ ਜੀ। ਅਸੀਂ ਉਹ ਬਾਜ਼ੀ ਹੈ, ਅਸੀਂ ਇੱਕ ਘਟੇ ਜ਼ਰੂਰ ਹਾਂ, ਹਾਰੇ ਜ਼ਰੂਰ ਹਾਂ, ਲੇਕਿਨ ਅਸੀਂ ਵੀ ਉਹ ਵੀ ਆਪਣੀ ਜਿੱਤ ਵਿੱਚ ਸ਼ਾਮਿਲ ਕਰਨੇ ਹਾਂ। ਅਤੇ ਕੱਲ੍ਹ ਸਾਡੇ ਵੀਰ ਜਸਵਿੰਦਰ ਵੀਰ ਦੁਬਈ ਵਾਲੇ, ਉਹਨਾਂ ਨੇ ਕਬੂਤਰ ਉਹਨਾਂ ਨੂੰ ਅਸੀਂ ਦੱਸਿਆ ਸੀ ਆਪਣੇ ਸ਼ਗਿਰਦ ਦੇ ਖਾਸ ਨੇ, ਮਾਸ਼ਾਅੱਲਾ, ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ, ਉਹ ਜਿੱਤੇ ਨੇ। ਅਸੀਂ 12 ਬਾਜ਼ੀ ਚੜ੍ਹਦੇ ਪੰਜਾਬ ਵਿੱਚ ਅਸੀਂ ਵਿਨ ਕੀਤੀ ਆ। ਅਤੇ ਵੀਰ ਜੀ ਅੱਗੇ ਆਉਂਦੇ ਹਾਂ, ਤੁਸੀਂ ਕਮਜ਼ੋਰ ਕਬੂਤਰ ਨੂੰ ਕਿਵੇਂ ਬਾਜ਼ੀ ਉਡਾ ਸਕਦੇ ਹੋ, ਇਹ ਵੀਰ ਜੀ ਮੇਰੇ ਅਗਲੇ ਜਿਹੜੀ ਵੀਡੀਓ ਵੇ ਉਹ ਬੰਦੇ ਸਮਝਣਗੇ ਜਿਹੜੇ ਕਿ ਬਹੁਤ ਹੀ ਪੁਰਾਣੇ ਕਬੂਤਰਬਾਜ਼ ਆ, ਕਿ ਮੈਂ ਕਿਹੜੇ ਟੌਪਿਕ 'ਤੇ ਗੱਲ ਕਰਦਾ ਪਿਆ ਵਾਂ ਅਤੇ ਕਿਹੜੇ ਲਹਿਜੇ ਨਾਲ ਗੱਲ ਕਰਦਾ ਪਿਆ ਅਤੇ ਕਿਹੜੇ ਨਜ਼ਰੀਏ ਨਾਲ ਗੱਲ ਕਰਦਾ ਪਿਆ ਵਾਂ। ਤੁਹਾਡਾ ਵੀਰ ਜੀ ਕਬੂਤਰ ਕਮਜ਼ੋਰ ਹੈ, ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਵਾ ਕਿ ਦੁਸਰ ਦੇ ਵਿੱਚ ਬੇਸ਼ੱਕ 42 ਗਰਮੀ ਹੈ, 43 ਗਰਮੀ ਹੈ, 44 ਗਰਮੀ ਹੈ, 40 ਗਰਮੀ ਹੈ, ਜਿਤਨੀ ਵੀ ਗਰਮੀ ਹੈ, ਜਦੋਂ ਵੀ ਆਪਾਂ ਕਬੂਤਰ ਦੁਸਰ ਵਿੱਚ ਉਡਾਉਂਦੇ ਹਾਂ ਕਬੂਤਰ ਅੰਦਰ ਰੈਸ਼ ਹੁੰਦੀ ਹੈ। ਅਤੇ ਵੀਰ ਜੀ ਅਗਰ ਤੁਹਾਡਾ ਕਬੂਤਰ ਕਮਜ਼ੋਰ ਹੈ ਤਾਂ ਤੁਸੀਂ ਸੁਬਾਹ ਬਾਜ਼ੀ ਉਡਾਉਣੀ ਹੈ, ਅੱਜ ਤੁਸੀਂ ਕਬੂਤਰ ਨੂੰ ਉਡਾ ਦਿਓ, ਇੱਕ ਡੱਕ ਵੀ ਨਹੀਂ ਦੇਣੀ, 2 ਡੱਕਾਂ ਵੀ ਨਹੀਂ ਦੇਣੀਆਂ। ਤੁਹਾਡੇ ਕੋਲ ਕੋਈ ਵੀ ਗੋਲੀ ਹੈ, ਕਬੂਤਰ ਨੂੰ ਗੋਲੀ ਦੇ ਕੇ, ਪਾਣੀ ਦੇ ਕੇ ਤੁਸੀਂ ਉਡਾ ਦਿਓ। ਸੁਬਾਹ ਅਗਰ ਤੁਹਾਡੀ ਬਾਜ਼ੀ ਹੈ ਤਾਂ ਤੁਹਾਡਾ ਕਬੂਤਰ 3 ਵਜੇ ਆਉਂਦਾ ਹੈ, 4 ਵਜੇ ਆਉਂਦਾ ਹੈ, 5 ਵਜੇ ਆਉਂਦਾ ਹੈ, ਤੁਸੀਂ ਆਏ ਕਬੂਤਰ ਨੂੰ ਮੋੜ ਦਿਓ। ਮੇਰੀ ਗੱਲ ਵੀਰ ਜੀ ਗੌਰ ਨਾਲ ਸਮਝਣੀ ਹੈ ਕਿ ਮੈਂ ਕਹਿੰਦਾ ਕੀ ਪਿਆ ਵਾਂ, ਕਿਉਂਕਿ ਵੀਰ ਜੀ ਜਿਹੜੇ ਕਬੂਤਰ ਦੇ ਰੈਸ਼ ਹੁੰਦੀ ਹੈ ਨਾ ਮੋੜ ਦੇ ਵਿੱਚ ਜਿਹੜਾ ਕਬੂਤਰ ਹਰਦਾ ਵਾ ਉਹਨੂੰ 3 ਮਸਲੇ ਹੁੰਦੇ ਆ ਜਿਹੜੀ ਵਜ੍ਹਾ ਤੋਂ ਹਰਦਾ ਵਾ, ਜਾਂ ਤਾਂ ਮੋੜ ਅੱਛਾ ਨਹੀਂ ਹੁੰਦਾ, ਜਾਂ ਉਹਦੇ ਦੇਣ ਦਾ ਤਰੀਕਾ ਅੱਛਾ ਨਹੀਂ ਹੁੰਦਾ, ਜਾਂ ਕਬੂਤਰ ਤਲਾ ਖੋ ਕੇ ਹਰਦਾ, ਜਾਂ ਕਬੂਤਰ ਭੁੱਖਾ ਹੋ ਕੇ ਹਰਦਾ, ਕਬੂਤਰ ਮੁੱਕ ਕੇ ਨਹੀਂ ਹਰਦਾ। ਅਗਰ ਤੁਹਾਡੇ ਕੋਲ ਗੋਲੀ ਅੱਛੀ ਨਹੀਂ ਫਿਰ ਵੀ ਤੁਹਾਡਾ ਕਬੂਤਰ ਹਾਰ ਸਕਦਾ ਹੈ, ਅਗਰ ਤੁਹਾਨੂੰ ਦੂਸਰ ਲਾਉਣ ਦਾ ਨਹੀਂ ਤਰੀਕਾ ਫਿਰ ਵੀ ਤੁਹਾਡਾ ਕਬੂਤਰ ਹਾਰ ਸਕਦਾ ਹੈ। ਇਹ ਵੀਰ ਜੀ ਛੋਟੇ ਸੀਗੇ ਉਦੋਂ ਅਸੀਂ ਸੁਣਦੇ ਸੀ ਕਿ ਕੁਝ ਉਸਤਾਦ ਕਹਿੰਦੇ ਆ ਕਿ ਅਸੀਂ 44-45 ਗਰਮੀਆਂ 'ਚ ਅਸੀਂ 10 ਬਦਾਮ ਦੇ ਕੇ ਕਬੂਤਰ ਛੱਡ ਸਕਦੇ ਹਾਂ,
ਤੇ ਕੁਝ ਵੀਰ ਕੁਝ ਉਸਤਾਦ ਉਦੋਂ ਕਹਿੰਦੇ ਸੀ ਕਿ ਇੱਕ ਬਦਾਮ ਵੀ ਰਹਿ ਜਾਵੇ ਕਬੂਤਰ ਤੇ 44-45 ਗਰਮੀ ਚ ਹਰ ਜਾਂਦਾ ਵਾ, ਤੇ ਗੱਲ ਵੀ ਸੱਚੀ ਆ। ਇਹ ਹੁਣ ਅਕਲ ਵਿੱਚ ਗੱਲ ਆਈ ਏ ਕਿ ਦੋਨੇ ਬੰਦੇ ਹੀ ਸੱਚੇ ਸੀਗੇ। ਸਾਰੀ ਗੱਲ ਮੁੱਕਦੀ ਹੈ ਵੀਰ ਜੀ ਖੇਡ ਤੇ। ਇਹ ਇੱਕ ਓਹਲਾ ਹੈ ਜਿਹੜੇ ਬੰਦੇ ਨੇ, ਜੇ ਮਾਲਕ ਨੇ ਜਿਹਨੂੰ ਨਵਾਜ਼ਤਾ ਨਵਾਜ਼ਤਾ, ਜਿਹਨੂੰ ਜਿਹਨੂੰ ਨਹੀਂ ਨਵਾਜ਼ਾ ਆਉਂਦੇ ਵੀਰ ਜੀ, ਕਬਰ ਵਿੱਚ ਵੀ ਲੱਤਾਂ ਚਲੀਆਂ ਜਾਣ, 80-90 ਸਾਲ ਵੀ ਉਮਰ ਹੋ ਜਾਓ, ਤੁਹਾਨੂੰ ਕਬੂਤਰਬਾਜ਼ੀ ਨਹੀਂ ਆ ਸਕਦੀ। ਇਹ ਮੇਰੇ ਮਾਲਕ ਦੀ ਦੇਣ ਹੈ। ਅਤੇ ਵੀਰ ਜੀ ਤੁਹਾਡਾ ਕਬੂਤਰ ਉੱਡ ਕੇ ਆ ਜਾਂਦਾ ਹੈ, ਤੁਸੀਂ ਆਏ ਕਬੂਤਰ ਨੂੰ ਮੋੜ ਦਿਓ। ਇਹ ਕਮਜ਼ੋਰ ਕਬੂਤਰ ਨੂੰ ਅੱਗੇ ਬਾਜ਼ੀ ਉਡਾਉਣ ਦੀ ਮੈਂ ਗੱਲ ਕਰਦਾ ਪਿਆ ਵਾਂ। ਆਏ ਕਬੂਤਰ ਨੂੰ ਮੋੜ ਦਿਓ, ਦੁੱਸਰ ਲਾ ਦਿਓ। ਹੁਣ ਕੁਝ ਵੀਰ ਕਹਿਣਗੇ ਕਿ ਸਾਡੇ ਕੋਲ ਦੁੱਸਰ ਕੋਈ ਨਹੀਂ। ਵੀਰ ਜੀ ਤੁਹਾਨੂੰ ਮੈਂ ਦੁੱਸਰ ਦੀ ਵੀ ਵੀਡੀਓ ਦੇ ਗਿਆ ਵਾਂ, ਤੁਸੀਂ ਦੁੱਸਰ ਵੀ ਬਣਾ ਸਕਦੇ ਹੋ, ਕਬੂਤਰ ਨੂੰ ਮੋੜ ਲਾਉਣ ਦਾ ਤਰੀਕਾ ਵੀ ਦੇ ਸਕਦੇ ਹੋ। ਆਏ ਕਬੂਤਰ ਨੂੰ ਤੁਸੀਂ ਮੋੜ ਦਿਓ। ਕਬੂਤਰ ਮੋੜਨ ਦਾ ਇਹੀ ਮਕਸਦ ਹੁੰਦਾ ਕਿ ਕਬੂਤਰ ਹੀਟ ਵਿੱਚ ਹੁੰਦਾ ਹੈ। ਅਗਰ ਵੀਰ ਜੀ ਤੁਹਾਨੂੰ ਤੁਸੀਂ ਦੁੱਸਰ ਨਹੀਂ ਬਣਾਈ, ਤੁਸੀਂ ਨਹੀਂ ਬਣਾ ਸਕਦੇ, ਤੁਹਾਨੂੰ ਨਹੀਂ ਪਤਾ ਚੱਲਦਾ ਪਿਆ ਦੁੱਸਰ ਕਿਵੇਂ ਬਣਾਉਣੀ ਆ, ਤੁਹਾਨੂੰ ਅਸੀਂ ਇੱਕ ਹੁੰਦਾ ਵਾ ਕੱਚਾ ਮੋੜ, ਇੱਕ ਹੁੰਦਾ ਵਾ ਪੱਕਾ। ਵੀਰ ਜੀ ਅੱਜ ਤੁਹਾਨੂੰ ਅਸੀਂ ਕੱਚਾ ਮੋੜ ਵੀ ਦੱਸ ਦਿੰਦੇ ਹਾਂ ਦੁੱਸਰ, ਕਿ ਕੱਚਾ ਮੋੜ ਤੁਸੀਂ ਦਸਤੀ ਅਰਜੈਂਟ ਤੁਸੀਂ ਕਬੂਤਰ ਕਿਵੇਂ ਮੋੜ ਸਕਦੇ ਹੋ। ਤੁਹਾਡਾ ਕਬੂਤਰ ਉੱਡ ਕੇ ਆ ਜਾਂਦਾ ਹੈ, ਜਿਹਨੂੰ ਤੁਸੀਂ ਗੋਲੀ ਜ਼ਰੂਰ ਲਾਉਣੀ ਹੈ, ਤੁਸੀਂ ਕੋਈ ਵੀ ਲਾ ਸਕਦੇ ਹੋ। ਕਿਉਂਕਿ ਵੀਰ ਜੀ ਪਹਿਲੇ ਦਿਨ ਦੀ ਅਗਰ ਕਬੂਤਰ ਨੇ ਗੋਲੀ ਚੱਕੀ ਹੋਈ ਤਾਂ ਮੋੜ ਵਿੱਚ ਵੀ ਗੋਲੀ ਚੱਕੇਗਾ। ਆਏ ਕਬੂਤਰ ਨੂੰ ਤੁਸੀਂ ਵੀਰ ਜੀ ਕੋਸੇ ਪਾਣੀ ਨਾਲ ਨਾਰਮਲ ਜਾਂ ਇੱਕੋ ਕਲਟੀ ਦੇਣੀ ਹੈ। ਤੁਹਾਨੂੰ ਅੱਗੇ ਮੈਂ ਤਰੀਕਾ ਦੱਸਦਾ ਪਿਆ ਵਾਂ। ਕਲਟੀ ਦੇ ਕੇ ਉਹਨੂੰ 10 ml ਪਾਣੀ ਦੇ ਦੇਣਾ। ਜਦੋਂ ਤੁਹਾਡਾ ਕਬੂਤਰ 10 ml ਪਾਣੀ ਖਿੱਚ ਜਾਵੇ, ਦੁਆਲ ਮਿਕਸ ਲੈਣੀ ਹੈ, ਦੁਆਲ ਮਿਕਸ ਮੋਤਦਿਲ, ਇੱਕ ਸਾਦਾ ਹੁੰਦਾ ਵਾ, ਇੱਕ ਮੋਤਦਿਲ ਹੁੰਦਾ। ਲੈ ਕੇ 12 ਸਿੰਗਾ ਲੈਣਾ ਵਾ ਤੁਸੀਂ, ਸ਼ਿੰਗਰਫ ਲੈਣੀ ਹੈ। ਇਹ ਤਾਂ ਵੀਰ ਜੀ ਬਸਮਾਂ ਆਉਂਦੀਆਂ ਨੇ। ਤੁਸੀਂ ਲੌਂਗ ਦੀ ਵੀ ਪਾਊਡਰ ਬਣਾ ਲੈਣਾ ਵਾ, 2 ਲੌਂਗ ਲੈਣੇ ਆ। ਉਹਨੂੰ ਤੁਸੀਂ ਧੁੱਪ 'ਤੇ ਰੱਖ ਤੇ ਖੁਸ਼ਕ ਕਰ ਲੈਣਾ ਵਾ, ਉਹਦਾ ਤੁਸੀਂ ਪਾਊਡਰ ਬਣਾ ਲੈਣਾ। 3 ਚੀਜ਼ਾਂ ਹੋ ਗਈਆਂ, ਸ਼ਿੰਗਰਫ, 12 ਸਿੰਗਾ ਅਤੇ ਲੌਂਗ, ਦਾਲਚੀਨੀ 4 ਚੀਜ਼ਾਂ, ਸੁੰਡ 5 ਚੀਜ਼ਾਂ, ਮੁਲੱਠੀ 6 ਚੀਜ਼ਾਂ, ਜ਼ਾਫਰਾਨ 7। ਇਹਨਾਂ ਵੀਰ ਜੀ ਸਾਰੀਆਂ ਚੀਜ਼ਾਂ ਦਾ ਪਾਊਡਰ ਕਰਕੇ ਰਾਏ ਦੇ ਦਾਣੇ ਬਰਾਬਰ, ਸਾਰੀਆਂ ਚੀਜ਼ਾਂ ਰਾਏ ਦੇ ਦਾਣੇ ਬਰਾਬਰ ਇਹਨਾਂ ਨੂੰ ਚੱਕ ਕੇ ਚਨੇ ਬਰਾਬਰ ਗੁੜ ਲੈਣਾ ਵਾ, ਚਨੇ ਬਰਾਬਰ ਗੁੜ ਅਤੇ ਚਨੇ ਬਰਾਬਰ ਦੁਆਲ ਮਿਕਸ ਮਿਕਸ ਕਰਕੇ ਇੱਕ ਸੋਨੇ ਦਾ ਵਰਕ, ਇੱਕ ਕੱਖ ਸੁੱਚੇ ਮੋਤੀ ਬਸਮ, ਇੱਕ ਕੱਖ ਕੁਸ਼ਤਾ ਫਟਕੜੀ ਫੁੱਲਾ ਹੋਇਆ, ਇੱਕ ਕਤਰਾ ਛੋਟਾ ਸ਼ਹਿਦ। ਇਹਨਾਂ ਚੀਜ਼ਾਂ ਨੂੰ ਵੀਰ ਜੀ ਮਿਕਸ ਕਰਕੇ ਕਬੂਤਰ ਦੇ ਮੂੰਹ 'ਚ ਸਿੱਟ ਦੇਣਾ, ਉੱਤੋਂ 10 ml ਪਾਣੀ ਦੇ ਦੇਣਾ। ਜਦੋਂ ਵੀਰ ਜੀ ਕਬੂਤਰ ਖਿੱਚ ਜਾਵੇ, ਉਹਨੂੰ ਤੁਸੀਂ 10 ਬਦਾਮ ਦੇ ਦੇਣੇ ਆ। 10 ਬਦਾਮ ਦੇ ਕੇ ਇੱਕ ਦਾਲਚੀਨੀ ਲੈਣੀ ਹੈ, ਛੋਟੀ ਜਿਹੀ ਦਾਲਚੀਨੀ, ਇੱਕ ਲੌਂਗ ਅਤੇ 10 ਦਾਣੇ ਵੱਡੀ ਇਲਾਇਚੀ ਦੇ। ਇਹਨੂੰ ਥੋੜ੍ਹਾ ਥੋੜ੍ਹਾ ਤੁਸੀਂ ਵੀਰ ਜੀ ਰਗੜ ਲੈਣਾ ਵਾ, ਥੋੜ੍ਹਾ ਥੋੜ੍ਹਾ ਟੋਟੇ ਕਰ ਲੈਣਾ। ਟੋਟੇ ਕਰਕੇ 30 ml ਪਾਣੀ 'ਚ ਪਾ ਕੇ ਜਦੋਂ ਅੱਧਾ ਰਹਿ ਜਾਵੇ, ਇਹਨੂੰ ਪੁਣ ਕੇ 10 ਬਦਾਮ ਜਦੋਂ ਦੇ ਦੇਣੇ ਆ ਤੁਸੀਂ, ਉੱਤੋਂ ਇਹ ਕਾੜਾ ਦੇ ਕੇ ਅਤੇ ਡੱਬੋ ਲਾ ਦੇਣਾ।
ਡੱਬੂ ਲਾ ਕੇ 2 ਘੰਟੇ ਬਾਅਦ ਤੁਸੀਂ ਕਬੂਤਰ ਕੱਢ ਕੇ ਉੱਤੋਂ ਵੀਰ ਜੀ ਤੁਹਾਡੇ ਕੋਲ ਕੋਈ ਗੋਲੀ ਨਹੀਂ ਬਣੀ ਹੋਈ, ਤੁਹਾਡੇ ਕੋਲ ਕਿੱਧਰੋਂ ਕੁਝ ਵੀ ਨਹੀਂ ਮਿਲਦਾ ਪਿਆ। ਮੋਤੀਵਾਲ ਅਗਰ ਤੁਹਾਨੂੰ ਗੋਲੀ ਮਿਲ ਜਾਵੇ ਜਾਂ ਮਾਡਰਨ ਮਿਲ ਜਾਵੇ, ਵੀਰ ਜੀ ਮਾਡਰਨ ਮੋਤੀਵਾਲ ਦਾ ਕੋਈ ਫੰਕਸ਼ਨ ਨਹੀਂ ਹੁੰਦਾ, ਇਹ ਸਿਰਫ ਜ਼ਿਹਨੀ ਸਕੂਨ ਵਾਸਤੇ ਹੁੰਦੀ ਹੈ। ਇਹਨਾਂ ਤੁਸੀਂ ਚੌਥਾ ਹਿੱਸਾ ਲੈਣਾ ਵਾ ਮਾਡਰਨ, ਇਹਨਾਂ ਦਾ ਇੱਕ ਵੀ ਸਾਲਟ ਹੈ, ਇੱਕ ਹੀ ਸਾਲਟ ਹੈ। ਜਿਹੜੀ ਮੋਤੀਵਾਲ ਹੁੰਦੀ ਥੋੜ੍ਹੀ ਜਿਹੀ ਹਾਈ ਹੁੰਦੀ ਆ, ਮਾਡਰਨ ਥੋੜ੍ਹੀ ਜਿਹੀ ਲੋਅ ਹੁੰਦੀ ਆ, ਸਾਲਟ ਇੱਕ ਹੀ ਹੈ। ਚੌਥਾ ਹਿੱਸਾ ਵੀਰ ਜੀ ਤੁਸੀਂ ਲੈ ਕੇ ਕਬੂਤਰ ਨੂੰ ਕੱਢ ਕੇ 11 ਵਜੇ ਮੂੰਹ ਵਿੱਚ ਸਿੱਟ ਕੇ ਉੱਤੋਂ 15 ml ਪਾਣੀ ਦੇ ਦੇਣਾ, ਕਬੂਤਰ ਨੂੰ ਤੁਸੀਂ ਫੇਰ ਡੱਬੂ ਲਾ ਦੇਣਾ। ਉਹਦੇ ਤੋਂ ਬਾਅਦ ਵੀਰ ਜੀ 3 ਵਜੇ ਰਾਤ ਦੇ 3 ਵਜੇ ਤੁਸੀਂ ਜਦੋਂ ਕਬੂਤਰ ਤੁਹਾਡਾ ਕਬੂਤਰ ਉੜ ਕੇ ਆਏਗਾ ਉਦੋਂ ਤੁਸੀਂ ਵੀਰ ਜੀ ਇੱਕ ਵੱਡੀ ਇਲਾਚੀ ਭਿਗੋ ਕੇ ਰੱਖਣੀ ਆ। ਵੱਡੀ ਇਲਾਚੀ 1 ਕੱਪ ਪਾਣੀ ਵਿੱਚ, 1 ਕੱਪ ਪਾਣੀ ਵਿੱਚ ਜਦੋਂ ਤੁਹਾਡਾ ਕਬੂਤਰ ਉੜ ਕੇ ਆਏਗਾ, ਜਦੋਂ ਤੁਸੀਂ ਕਬੂਤਰ ਨੂੰ ਮੋੜ ਲਾਉਂਦੇ ਪਏ ਉਸ ਟਾਈਮ ਦੀ ਗੱਲ ਕਰਦਾ ਪਿਆ ਵਾਂ, ਜਦੋਂ ਤੁਹਾਡਾ ਕਬੂਤਰ ਉੜ ਕੇ ਆਉਂਦਾ ਵਾ 1 ਵੱਡੀ ਇਲਾਚੀ ਦੰਦ ਵਿੱਚ ਤੋੜ ਕੇ 1 ਕੱਪ ਪਾਣੀ ਦਾ ਭਰ ਕੇ ਤੁਸੀਂ ਵਿੱਚ ਸਿੱਟ ਦੇਣੀ ਆ। ਉਹੀ ਪਾਣੀ ਰਾਤ ਦੇ 3 ਵਜੇ ਉਹਦੇ ਵਿੱਚ ਤੁਸੀਂ 10 ml ਕੱਢ ਕੇ ਕਬੂਤਰ ਨੂੰ ਉਹ ਵੀ ਦੇ ਦੇਣਾ ਵਾ। ਅਤੇ ਵੀਰ ਜੀ ਤੁਸੀਂ ਸੁਬਾਹ 6 ਵਜੇ ਕਬੂਤਰ ਨੂੰ ਵੇਖਣਾ ਵਾ ਕਿ ਸਾਡਾ ਕਬੂਤਰ, ਅਸੀਂ 10 ਬਦਾਮ ਦਿੱਤੇ ਸੀ ਕਿ ਕਿਤਨੇ ਲੈ ਕੇ ਬੈਠਾ ਵਾ ਅਤੇ ਕਿਤਨੇ ਖਿੱਚ ਗਿਆ ਵਾ। ਅਗਰ ਤੁਹਾਡਾ ਕਬੂਤਰ 10 ਬਦਾਮ ਖਿੱਚ ਗਿਆ ਤਾਂ ਤੁਸੀਂ ਅਗਲੇ ਦਿਨ 15 ਬਦਾਮ ਦੇ ਕੇ ਗੋਲੀ ਦੇ ਕੇ, ਤੁਹਾਡੇ ਕੋਲ ਕੋਈ ਗੋਲੀ ਨਹੀਂ, ਮੋਤੀਵਾਲ ਜਾਂ ਮਾਡਰਨ ਦਾ ਚੌਥਾ ਹਿੱਸਾ ਦੇ ਕੇ ਤੁਸੀਂ ਕਬੂਤਰ ਨੂੰ ਉੱਲਾ ਲਾ ਦੇਣਾ। ਅਤੇ ਵੀਰ ਜੀ ਇਨਸ਼ਾਅੱਲਾ ਜਿਤਨੇ ਮਰਜ਼ੀ ਤਕੜੇ ਕਬੂਤਰ ਉੱਡੇ ਹੋਏ ਹੋਣ, ਮਜੂਨਾ ਖਾਈਆਂ ਹੋਣਗੇ ਕਬੂਤਰਾਂ ਦੀਆਂ, ਵੱਡੇ ਵੱਡੇ ਉਸਤਾਦਾਂ ਨੇ ਉਡਾਏ ਹੋਏ ਹੋ ਜਾਣਾ, ਕਿਉਂਕਿ ਤੁਹਾਡੇ ਕਬੂਤਰ ਅੰਦਰ ਰਿਹਾਇਸ਼ ਹੋਣੀ ਆ, ਦੂਸਰੇ ਕਬੂਤਰ ਕਲਟੀ ਹੋਏ ਹੋਏ ਹੋਣੇ ਆ, ਨਾ ਤੁਹਾਡੇ ਕਬੂਤਰ ਅੰਦਰ ਰਿਹਾਇਸ਼ ਮੁੱਕੇਗੀ ਅਤੇ ਨਾ ਤੁਹਾਡਾ ਕਬੂਤਰ ਖੁਦ ਮੁੱਕਣਾ ਸ਼ੁਰੂ ਹੋਣਾ ਹੈ। ਬਹੁਤ ਹੀ ਵੀਰ ਜੀ ਮੈਂ ਰਾਤ ਦੀ ਗੱਲ ਦੱਸ ਗਿਆ ਵਾਂ, ਬਹੁਤ ਹੀ ਜ਼ਿਆਦਾ। ਜਿਹੜੇ ਕਬੂਤਰ ਖਾਲੀ ਉੱਡੇ ਹੋਏ ਆ ਉਹ ਕਬੂਤਰ 12 ਵਜੇ ਮੁੱਕਣੇ ਸ਼ੁਰੂ ਹੋ ਜਾਣੇ ਆ, ਤੁਹਾਡੀ ਇਨਸ਼ਾਅੱਲਾ ਕਬੂਤਰ ਦੀ 12 ਵਜੇ ਅੱਗੇ ਪਰਵਾਦ ਸ਼ੁਰੂ ਹੋਣੀ ਆ। ਇਹ ਵੀਰ ਜੀ ਜਿਹੜਾ ਕਬੂਤਰ ਤੁਹਾਡਾ ਕਮਜ਼ੋਰ ਆ ਉਸ ਕਬੂਤਰ ਦੇ ਉਡਾਣ ਦਾ ਤਰੀਕਾ ਸੀ। ਵੀਰ ਜੀ ਦੁਆਵਾਂ ਵਿੱਚ ਯਾਦ ਰੱਖੋ, ਇਨਸ਼ਾਅੱਲਾ ਉਸਤਾਦ ਜ਼ਹੀਰ ਅਗਲੀ ਇੱਕ ਨਵੀਂ ਵੀਡੀਓ ਅਗਲੇ ਦਿਨ ਲੈ ਕੇ ਹਾਜ਼ਰ ਹੋਏਗਾ। ਅੱਲਾ ਹਾਫਿਜ਼।